ਅੱਛਾ, ਇਹਦੇ ਵਿੱਚ ਫੀਮ ਪਾ ਕੇ ਫਿਰ ਜ਼ਿਆਦਾ ਅਸਰ ਕਰੂਗਾ? ਹਾਂ ਹਾਂ, ਫੀਮ ਪਾ ਕੇ ਫਿਰ ਅਸਰ ਕਰੂਗਾ ਜ਼ਿਆਦਾ। ਅੱਛਾ, ਵੀ ਫੀਮ ਪਾਉਣੀ ਆ? ਹਾਂ ਹਾਂ, ਠੀਕ। ਲਓ ਵੀ ਦੋਸਤੋ, ਭੇਡ ਦਾ ਦੁੱਧ ਕੱਢ ਰਹੇ ਹਾਂ, ਇਹਦੇ ਵਿੱਚ ਫੀਮ ਪਾ ਕੇ ਤੇ ਕਹਿੰਦੇ ਡਬਲ ਅਸਰ ਕਰਦਾ, ਤੇ ਬਸ ਬਾਈ ਇੰਨਾ ਬਹੁਤ ਹੋਊਗਾ ਨਾ? ਹਾਂ ਇੰਨਾ ਬਹੁਤ ਹੈ ਬਾਈ। ਠੀਕ ਠੀਕ ਠੀਕ। ਤੇ ਬਾਈ ਜੀ, ਕਿੰਨੇ ਕੁ ਦਿਨਾਂ 'ਚ ਰਿਜ਼ਲਟ ਆ ਜਾਂਦਾ ਇਹਦਾ? ਤੁਸੀਂ ਤਾਂ ਰੋਜ਼ ਤਜਰਬੇ ਕਰਦੇ ਹੀ ਹੁੰਦੇ। 10 ਦਿਨਾਂ ਆ ਜਾਂਦਾ। ਅੱਛਾ, 10 ਦਿਨਾਂ 'ਚ ਬਿਲਕੁਲ ਓਕੇ ਹੋ ਜਾਂਦਾ ਬੰਦਾ? ਬਿਲਕੁਲ, ਚਾਹੇ ਜਿੱਡੇ ਮਰਜ਼ੀ ਕੋਈ ਦਿੱਕਤ ਹੋਵੇ। ਲਓ ਵੀ ਦੋਸਤੋ, ਤੁਹਾਨੂੰ ਦੱਸਦੇ ਹਾਂ ਵੀ ਕਾਹਦੇ ਵਾਸਤੇ ਆਪਾਂ ਭੇਡ ਦਾ ਦੁੱਧ ਕਢਾਇਆ ਅੱਜ, ਤੇ ਵੀਡੀਓ ਨਾਲ ਬਣੇ ਰਹੇ ਹੋ, ਕਹਿੰਦੇ ਬਹੁਤ ਹੀ ਗੁਣਕਾਰੀ। ਅਸੀਂ ਵੀ ਵੀਡੀਓ ਦੇਖੀ ਸੀ ਸਰ, ਬਾਈ ਭੇਡਾਂ ਦੇ ਕੋਲ ਆਏ ਹਾਂ ਤੇ ਅੱਜ ਅਸੀਂ ਫਾਈਨਲੀ ਭੇਡ ਦਾ ਦੁੱਧ ਲੈ ਲਿਆ। ਆਹ ਤੁਸੀਂ ਦੇਖੋ, ਜਿਸ ਇੰਨਾ ਕੁ ਦੁੱਧ ਸਾਨੂੰ ਬਹੁਤ ਆ, ਤੇ ਘਰੇ ਜਾ ਕੇ ਤੁਹਾਨੂੰ ਸਾਰੀ ਜਾਣਕਾਰੀ ਦਿੰਨੇ ਆ ਦੀ। ਆ ਜਾ ਸੰਧੂ ਸਾਹਿਬ, ਦੁੱਧ ਚ ਪਾਓ ਹੁਣ ਕਾਲਾ ਮਾਲ ਲਿਆ ਕੇ। ਆ ਲੈ ਫੜ ਪਾ, ਹੁਣ ਛੇਤੀ ਘੋਲ ਦੇ ਇਹਨੂੰ। ਘੋਲ ਤਾਂ ਮੈਂ ਲਊਂਗੀ ਤੁਸੀਂ। ਬਸ ਹੁਣ ਛੇਤੀ ਅਸਰ ਕਰ ਜਾਊਗਾ, ਬਾਈ ਦੀ ਗੱਲ ਬਿਲਕੁਲ ਸਹੀ ਹੈ। ਤੇ ਦੋਸਤੋ, ਤੁਹਾਨੂੰ ਵੀ ਦੱਸ ਦਿੰਨੇ ਸਾਰੀ ਜਾਣਕਾਰੀ ਵੀ ਕਾਲਾ ਮਾਲ ਕਿਉਂ ਪਾਇਆ ਵਿੱਚ। ਹਾਂਜੀ, ਜਲਦੀ ਦੱਸੋ ਪਵਨ। ਆ ਜਾਓ ਆ ਜਾਓ, ਲਓ ਜੀ। ਪੀੜ ਹੁੰਦੀ ਜੈਸ਼? ਅੱਛਾ, ਕੋਈ ਨੀ, ਹਟ ਜੂਗੀ। ਹਾਂਜੀ ਦੋਸਤੋ, ਸਾਡਾ ਜੈਸ਼ਵਿਕ ਆ ਜਿਹੜਾ ਕਿ ਡਿੱਗ ਗਿਆ ਸੀਗਾ ਖੇਡਦਾ ਖੇਡਦਾ, ਤੇ ਇਹਦੇ ਗੋਡੇ ਤੇ ਥੋੜੀ ਜਿਹੀ ਸੱਟ ਲੱਗ ਗਈ ਸੀ। ਤੇ ਸਾਨੂੰ ਕਿਸੇ ਨੇ ਦੱਸਿਆ ਵੀ ਜਿਹੜਾ ਆਪਾਂ ਭੇਡ ਦਾ ਦੁੱਧ ਹੁੰਦਾ, ਭੇਡ ਦੇ ਦੁੱਧ ਦੇ ਵਿੱਚ ਜਿਹੜਾ ਕਿ ਫੀਮ ਨੂੰ ਮਿਲਾ ਕੇ ਜੇ ਆਪਾਂ ਲਾਵਾਂਗੇ ਤੇ ਇਹਦੇ ਨਾਲ ਕੀ ਦਰਦ ਜਿਹੜਾ ਕਿ ਸਹੀ ਹੋ ਜਾਂਦਾ। ਜ਼ਿਆਦਾ ਵੱਡੀ ਕੋਈ ਸੱਟ ਵੱਜੀ ਤੇ ਦੋਸਤੋ ਵੀ ਹਫ਼ਤਾ ਕੁ ਲੱਗਦਾ, ਤੇ ਜੇ ਛੋਟੀ ਮੋਟੀ ਸੱਟ ਤਾਂ ਤੁਹਾਡੇ ਨਾਲ ਦੇ ਨਾਲ ਹੀ ਦਰਦ ਚੂਸ ਲੈਂਦੀ ਆ। ਹਾਂਜੀ, ਅਸੀਂ ਮਤਲਬ ਕਿ ਵੀਡੀਓ ਦੇਖੀ ਸੀ ਕਿਸੇ ਭਰਾ ਦੀ ਤੇ ਅੱਜ ਅਸੀਂ ਫਾਈਨਲ ਲਾਉਣ ਲੱਗੇ ਆ। ਤੁਸੀਂ ਇਹਦੇ ਬਾਰੇ ਗੂਗਲ ਵੀ ਕਰ ਸਕਦੇ ਹੋ, ਤੁਹਾਨੂੰ ਸਾਰੀ ਉੱਥੋਂ ਜਾਣਕਾਰੀ ਵੀ ਮਿਲ ਜੂਗੀ। ਹਾਂਜੀ, ਤੇ ਜਿਵੇਂ ਹੁਣ ਜੈਸ਼ਵਿਕ ਦੇ ਇੱਥੇ ਜਿਹੜੇ ਕਿ ਥੋੜੀ ਜਿਹੀ ਮਤਲਬ ਕਿ ਰੈੱਡ ਰੈੱਡ ਜੇ ਹੋ ਗਿਆ, ਤੇ ਇਹ ਜਿਹੜਾ ਕਿ ਚੀਕਾ ਮਾਰ ਰਿਹਾ ਸੀ ਕਿਉਂਕਿ ਹੋ ਰਹੀ ਸੀ ਪੀੜ, ਤੇ ਆਪਾਂ ਦਵਾਈ ਵੀ ਜਿਹੜੀ ਦਿੱਤੀ ਹੈ। ਪਰ ਦੋਸਤੋ, ਜਿਹੜਾ ਭੇਡ ਦੇ ਦੁੱਧ ਵਿੱਚ ਫੀਮ ਮਿਲਾ ਕੇ ਜਿਹੜੀ ਤੁਸੀਂ ਲਾਉਣੀ ਹੈ, ਇਹਨੂੰ ਹਲਕੀ ਹਲਕੀ ਯਾਨੀ ਕਿ ਮਸਾਜ ਕਰਨੀ ਹੈ, ਡੇਲੀ ਕਰਨੀ ਹੈ ਮਸਾਜ। ਤੇ ਜਿਵੇਂ ਕਿ ਕਈਆਂ ਦੇ ਦਰਦ ਹੋ ਜਾਂਦਾ ਹੈਗਾ ਵੀ ਆਹ ਬਾਂਹ ਵਗੈਰਾ, ਦੱਤ ਬਾਂਹ ਵੀ ਜਿਵੇਂ ਟੁੱਟ ਜਾਂਦੀ ਹੈ, ਉਦੋਂ ਬਾਅਦ ਆਪਾਂ ਜੜਾਉਣੇ ਕਰਦੇ ਹਾਂ ਹਨਾ, ਤੇ ਉਸ ਤੋਂ ਬਾਅਦ ਵੀ ਜਿਹੜਾ ਕਿ ਆਪਾਂ ਨੂੰ ਇਹਦੀ ਮਸਾਜ ਕਰਦੇ ਰਹਿਣਾ ਚਾਹੀਦਾ ਹੈਗਾ। ਦੋਸਤੋ, ਭੇਡਾਂ ਵਾਲੇ ਬਾਈ ਨਾਲ ਵੀ ਸਾਡੀ ਗੱਲ ਹੋਈ, ਜ਼ਿਆਦਾ ਵੀਡੀਓ ਲੰਮੀ ਬਣ ਜਾਣੀ ਆ। ਉਹ ਵੀ ਸਾਨੂੰ ਕਹਿ ਰਹੇ ਸੀ ਵੀ ਸਾਡੇ ਤੋਂ ਬਹੁਤ ਜ਼ਿਆਦਾ ਮਤਲਬ ਭੇਡ ਦਾ ਦੁੱਧ ਲੈ ਕੇ ਆਉਂਦੇ, ਕਹਿੰਦੇ ਹੱਡੀਆਂ ਟੁੱਟੀਆਂ ਹੋਣ, ਕਿਸੇ ਦੇ ਜੋੜ ਟੁੱਟੇ ਹੋਣ, ਜਾਂ ਕੋਈ ਲੱਕ ਦੁਖਦਾ ਹੋਵੇ, ਹਾਂਜੀ, ਜਾਂ ਡਿਸਕ ਦੇ ਵਿੱਚ ਪੀੜ ਹੋਵੇ, ਜਿੱਥੇ ਵੀ ਤੁਹਾਡੇ ਪੀੜ ਹੁੰਦੀ ਆ ਉੱਥੇ ਤੁਸੀਂ ਭੇਡ ਦੇ ਦੁੱਧ ਦੇ ਵਿੱਚ ਫੀਮ ਲਾ ਕੇ ਲਾ ਸਕਦੇ ਹੋ। ਕਹਿੰਦੇ ਵੀ ਦਰਦ ਵਾਲਾ ਤਾਂ ਪੱਕਾ ਹੀ ਕੰਮ ਆ। ਹਾਂਜੀ, ਤੇ ਤਾਂ ਹੀ ਆਪਾਂ ਅੱਜ ਵੀਡੀਓ ਵੀ ਤੁਹਾਡੇ ਨਾਲ ਅਸੀਂ ਆਖਿਆ ਚਲੋ ਸ਼ੇਅਰ ਕਰ ਦਈਏ, ਤੇ ਨਾਲੇ ਆਪਾਂ ਜੈਸ਼ ਦੇ ਵੀ ਲਾਉਣੇ ਹੀ ਸੀਗੇ, ਤੇ ਅਸੀਂ ਸਪੈਸ਼ਲ ਗਏ ਤੇ ਵਾਹਵਾ ਸਾਨੂੰ ਖੇਤ ਆ ਜਿਹੜੇ ਕਿ ਬਾਈ ਮਿਲ ਗਏ, ਤੇ ਉਹਨਾਂ ਤੋਂ ਵਧੀਆ ਚਲੋ ਭੇਡ ਦਾ ਦੁੱਧ ਵੀ ਮਿਲ ਗਿਆ। ਸੋ ਦੋਸਤੋ, ਵੀਡੀਓ ਨੂੰ ਇੰਨਾ ਵੱਧ ਤੋਂ ਵੱਧ ਸ਼ੇਅਰ ਕਰਿਓ ਵੀ ਤਾਂ ਜੋ ਇਹ ਮਤਲਬ ਕਿ ਦੇਸੀ ਤਰੀਕੇ ਨਾਲ ਕਿਸੇ ਭੈਣ ਭਰਾ ਦਾ ਫਾਇਦਾ ਹੋ ਸਕੇ। ਤੁਸੀਂ ਕਰਨਾ ਕਿ ਤਾਜ਼ਾ ਭੇਡ ਦਾ ਦੁੱਧ ਲੈ ਲੈਣਾ, ਤੇ ਥੋੜੀ ਜਿਹੀ ਵਿੱਚ ਫੀਮ ਪਾ ਲੈਣੀ ਤੇ ਉਹਦੀ ਮਸਾਜ ਕਰਨੀ ਉਸ ਚੀਜ਼ ਤੇ। ਬਿਲਕੁਲ ਜੀ। ਤੇ ਕਹਿੰਦੇ ਗੋਡੇ ਗਾਡੇ ਵੀ ਜੇ ਕਿਸੇ ਦੁਖਦੇ ਆ ਜਾਂ ਹੋਰ ਵੀ ਕੋਈ ਦਿੱਕਤ ਆ ਦਰਦ ਵਾਲੀ, ਉਹ ਵੀ ਠੀਕ ਹੋ ਜਾਂਦੀ ਹੈ। ਤੇ ਬਾਕੀ ਦੋਸਤੋ, ਜਾਣਕਾਰੀ ਵਧੀਆ ਲੱਗੀ। ਹਾਂਜੀ, ਤੇ ਹੁਣ ਆਪਾਂ ਇਹਦੇ ਜਿਹੜੇ ਕਿ ਮਸਾਜ ਕਰਕੇ ਆਪਾਂ ਜਿਹੜੇ ਕੱਪੜੇ ਦੇ ਨਾਲ ਵੀ ਬੰਨਿਆ ਸੀਗਾ, ਤੇ ਉਹਦੇ ਨਾਲ ਆਪਾਂ ਹਲਕਾ ਜਿਹਾ ਇੱਕ ਵਾਰੀ ਜਿਹੜਾ ਕਿ ਉਹਨੂੰ ਕਵਰ ਕਰ ਦਾਂਗੇ, ਤਾਂ ਜੋ ਜਿਹੜਾ ਥੋੜੀ ਜਿਹੀ ਇਹਦੀ ਗਰਮੈਸ ਵਗੈਰਾ ਰਵੇ ਤੇ ਆਪਾਂ ਨੂੰ ਜਿਹੜਾ ਕਿ ਫਰਕ ਪੈ ਜਾਵੇ। ਤੇ ਬਾਕੀ ਤੁਹਾਨੂੰ ਸ਼ਾਇਦ ਦੋਸਤੋ ਇਸ ਗੱਲ ਬਾਰੇ ਪਤਾ ਵੀ ਹੋਵੇ ਵੀ ਭੇਡ ਦੇ ਦੁੱਧ ਦੀ ਮਸਾਜ ਕਰਨ ਨਾਲ ਆਪਣੇ ਜੋੜਾਂ ਦਾ ਦਰਦ ਵਗੈਰਾ ਮਤਲਬ ਠੀਕ ਹੋ ਜਾਂਦਾ, ਜਦੋਂ ਸੱਟ ਜਿੱਥੇ ਆਪਣੇ ਲੱਗ ਜਾਂਦੀ ਹੈ ਉਹ ਚੀਜ਼। ਤੇ ਤੁਸੀਂ ਜ਼ਰੂਰ ਦੱਸਿਓ।